ਜੇ ਧਨੀਏ ਦੀ ਫਸਲ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਕਿਸਾਨ ਵੀਰੋ ਜੇ ਸਭ ਤੋਂ ਪਹਿਲਾਂ ਆਪਾਂ ਧਨੀਏ ਦੀ ਗੱਲ ਕਰੀਏ ਬੀਜ ਦੀ ਇਹ ਤੁਸੀਂ ਕਨਾਲ ਦੇ ਵਿੱਚ ਅੱਜ ਹੋ ਗਈ 10 ਅਕਤੂਬਰ ਤੁਸੀਂ 2 ਤੋਂ 2.5 ਕਿਲੋ ਬੀਜ ਕਨਾਲ ਦੇ ਵਿੱਚ ਪਾਓ ਤੇ ਜੇ ਗੱਲ ਕਰੀਏ ਵੀ ਆਪਾਂ ਬੀਜਗੇ ਕਿਹੜਾ ਕਿਸਾਨ ਵੀਰੋ ਆਪਾਂ ਬੀਜ ਰਹੇ ਆ ਮਾਨਵਿਕ ਕੰਪਨੀ ਦਾ ਮਾਨਵਿਕ ਕੰਪਨੀ ਬਹੁਤ ਵਧੀਆ ਟਾਪ ਦੀ ਕੰਪਨੀ ਐ ਇਹਦੇ ਹਰ ਇੱਕ ਸੀਡ ਆਉਂਦੇ ਜਿਵੇਂ ਜਵਾਰਾਂ ਹੋ ਗਈਆਂ ਮੂੰਗੀ ਹੋ ਗਈ ਕਣਕ ਹੋ ਗਈ ਥਾਨ ਵੀਰੋ ਆਪਾਂ ਇੱਕ ਪਾ ਰਹੇ ਆ ਅਨੇਰਾ ਕੰਪਨੀ ਦਾ ਪ੍ਰੋਡਕਟ ਬੈਕੋ ਜੀ ਇਹ ਕਿਸਾਨ ਵੀਰੋ 4 ਕਿਲੋ ਦਾ ਪੈਕਟ ਤੇ 1 ਕਿੱਲੇ ਦੇ ਵਿੱਚ ਤੁਸੀਂ ਬਜਾਈ ਸਮੇਂ ਜ਼ਰੂਰ ਪਾਓ ਇਹਨੇ ਕੰਮ ਕੀ ਕਰਨਾ ਕਿਸਾਨ ਵੀਰੋ ਇਹਦੇ ਵਿੱਚ ਐਨ ਪੀ ਕੇ ਵਾਲੇ ਬੈਕਟੀਰੀਆ ਜਿਵੇਂ ਮੰਨ ਲਓ ਤੁਸੀਂ ਬਾਹਨ ਦੇ ਵਿੱਚ ਡੀਪੀ ਪਾਈ ਹੈ ਪोटाਸ਼ ਪਾਈ ਹੈ ਯੂਰੀਆ ਪਾਈ ਆ ਉਹ ਵਾਹਨ ਦੇ ਵਿੱਚ ਫਿਕਸ ਫਾਰਮ ਚ ਪਈ ਰਹਿੰਦੀ ਹੈ ਬੋਲ ਜੀ ਸਸੀ ਕਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਕਿਸਾਨ ਵੀਰੋ ਤੁਹਾਨੂੰ ਪਤਾ ਹੀ ਆ ਆਪਾਂ ਪਹਿਲਾਂ ਪਾਲਕ ਤੇ ਵੀਡੀਓ ਪਾਈ ਸੀ ਪਾਲਕ ਦੀ ਇੱਕ ਕਟਾਈ ਕਰ ਲਈਏ ਤੇ ਦੂਸਰੀ ਦੋਹਾਂ ਤਿੰਨਾਂ ਦਿਨਾਂ ਦੇ ਵਿੱਚ ਫੇਰ ਕਰਨੀ ਆ ਪਾਲਕ ਪਹਿਲੇ ਸਾਲ ਹੀ ਲਾਇਆ ਸੀਗਾ ਮਾਲਕ ਦੀ ਕਿਰਪਾ ਨਾਲ ਵਧੀਆ ਰਿਆ ਤੇ ਇਸੇ ਤਰ੍ਹਾਂ ਚੱਲਦੇ ਚੱਲਦੇ ਕਿਸਾਨ ਵੀਰੋ ਆਪਣੇ ਨਰਮਾ ਸੀਗਾ ਨਰਮੇ ਦੀ ਫਸਲ ਤੁਹਾਨੂੰ ਪਤਾ ਲਗਭਗ ਖਤਮ ਹੀ ਹੋ ਚੁੱਕੀ ਐ ਤੇ ਆਪਾਂ ਨਰਮਾ ਜਿਹੜਾ ਇੱਕ ਕਿਲਾ ਬਹੁਤ ਮਾੜਾ ਰਹਿ ਗਿਆ ਸੀਗਾ ਤੇ ਉਹ ਆ ਜਿਹੜੇ ਵਾਹਣ ਦੇ ਵਿੱਚ ਖੜੇ ਇੱਥੇ ਨਰਮਾ ਹੀ ਸੀਗਾ ਉਹਦੀ ਆਪਾਂ ਟੀਂਡੇ ਤੋੜ ਕੇ ਪਟਾਈ ਕਰਕੇ ਵਾਹਣ ਬਿਲਕੁਲ ਵਾਹ ਕੇ ਤਿਆਰ ਕਰ ਲਿਆ ਸੁੱਕਾ ਵਾਹਾ ਵਾਹਣ ਤੁਸੀਂ ਦੇਖ ਸਕਦੇ ਹੋ ਪਹਿਲਾਂ ਵਾਹਣ ਜਮਾ ਸੁੱਕਾ ਸੀਗਾ ਤਵੀਆਂ ਮਾਰ ਕੇ ਹਲ ਮਾਰ ਕੇ ਸੁਹਾਗਾ ਮਾਰ ਕੇ ਆ ਬਣਾਦਾ ਵਾਹਣ ਪੀ ਕਰਕੇ ਜਾਲਜੂਲ ਮਾਰ ਕੇ ਵਾਹਣ ਪੂਰਾ ਰੈਡੀ ਹੈ ਜਾਨੀ ਤੇ ਕਿਸਾਨ ਵੀਰੋ ਹੁਣ ਤੁਹਾਨੂੰ ਪਤਾ ਵੀ ਹੋਰ ਕੋਈ ਫਸਲ ਆਪਾਂ ਵੇਜ ਨਹੀਂ ਸਕਦੇਗੇ ਕਣਕ ਹਜੇ ਕਣਕ ਦਾ ਵੀ ਟਾਈਮ ਪਿਆ ਮਹੀਨਾ ਆਰਾਮਣਾ ਪਿਆ ਕਿਉਂ ਗਰਮੀ ਜਾਦੇ ਪੈ ਰਹੀ ਹੈ ਤੇ ਕਣਕ ਨੇ ਵੀ ਹਜੇ ਜੇ ਹੁਣ ਬਜਾਈ ਕਰਦੇ ਆ ਤਾਂ ਨਹੀਂ ਗੱਲ ਬਾਨੀ ਕੰਮ ਖਰਾਬ ਹੀ ਹੋਊਗਾ ਤੇ ਅਸੀਂ ਫਿਰ ਸੋਚਿਆ ਵੀ ਇੱਥੇ ਹੋਰ ਕਿਹੜੀ ਫਸਲ ਲਾਈ ਜਾਵੇ ਲਾਈ ਜਾਵੇ ਤੇ ਆਪਾਂ ਕਿਸਾਨ ਵੀਰੋ ਇੱਥੇ ਕਰ ਰਹੇ ਆ ਜਿਹੜੀ ਬਜਾਈ ਧਨੀਏ ਦੀ ਧਨੀਆ ਹੁਣ ਫੁੱਲ ਚੱਲ ਰਿਹਾ ਹੈ ਦੀ ਵਜਾਂ ਜਿਹੜੀ ਫੁੱਲ ਚੱਲ ਰਹੀ ਹੈ ਕਈ ਕਿਸਾਨ ਵੀਰਾਂ ਨੇ ਜਿਹੜੇ ਸਬਜ਼ੀਆਂ ਲਾਉਂਦੇ ਆ ਉਹਨਾਂ ਨੇ ਤਾਂ ਵਜਾਈ ਕਰ ਲਈ ਆਪਾਂ ਅੱਜ ਧਨੀਏ ਦੀ ਫਸਲ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਕਿਸਾਨ ਵੀਰੋ ਜੇ ਸਭ ਤੋਂ ਪਹਿਲਾਂ ਆਪਾਂ ਧਨੀਏ ਦੀ ਗੱਲ ਕਰੀਏ ਬੀਜ ਦੀ ਇਹ ਤੁਸੀਂ ਕਨਾਲ ਦੇ ਵਿੱਚ ਅੱਜ ਹੋ ਗਈ 10 ਅਕਤੂਬਰ ਤੁਸੀਂ 2 ਤੋਂ 2.5 ਕਿਲੋ ਬੀ ਕਨਾਲ ਦੇ ਵਿੱਚ ਪਾਓ ਤੇ ਜੇ ਗੱਲ ਕਰੀਏ ਵੀ ਆਪਾਂ ਬੀਜਗੇ ਕਿਹੜਾ ਕਿਸਾਨ ਵੀਰੋ ਆਪਾਂ ਬੀਜ ਰਹੇ ਆ ਮਾਨਵਿਕ ਕੰਪਨੀ ਦਾ ਮਾਨਵਿਕ ਕੰਪਨੀ ਬਹੁਤ ਵਧੀਆ ਟੌਪ ਦੀ ਕੰਪਨੀ ਹੈ ਇਹਦੇ ਹਰ ਇੱਕ ਸੀਡ ਆਉਂਦੇ ਜਿਵੇਂ ਜਵਾਰਾਂ ਹੋ ਗਈਆਂ ਮੂੰਗੀ ਹੋ ਗਈ ਕਣਕ ਹੋ ਗਈ ਯਾਨੀ ਵੈਜੀਟੇਬਲ ਵੀ ਹਰ ਇੱਕ ਇਹਦੇ ਪ੍ਰੋਡਕਟ ਆਉਂਦੇ ਆ ਤੇ ਮਾਰਕੀਟ ਦੇ ਵਿੱਚ ਵੀ ਫੁੱਲ ਵਿਗਦੇ ਆ ਹਰ ਇੱਕ ਪ੍ਰੋਡਕਟ ਤੋਂ ਕਿਸਾਨ ਵੀਰ ਸਾਰੇ ਖੁਸ਼ ਆ ਜਿਹੜੇ ਵੀ ਇਹਦੀਆਂ ਜਵਾਰਾਂ ਹੀ ਬੀਜਦੇ ਜਵਾਰਾਂ ਦੀ ਹਾਈਟ ਵੀ ਵਧੀਆ ਹੁੰਦੀ ਹੈ ਤੇ ਟਾਂਡਾ ਵੀ ਜਿਹੜਾ ਬੋਲਾ ਹੁੰਦਾ ਤੇ ਮੱਕੀ ਦੇ ਸੀਡ ਜਿਵੇਂ ਉਹਦੇ ਤੋਂ ਵੀ ਕਿਸਾਨ ਵੀਰ ਸਾਰੇ ਖੁਸ਼ ਆ ਆਪਾਂ ਵੀ ਇਸੇ ਨਾਲ ਚੱਲਦੇ ਚੱਲਦੇ ਵੀ ਮਾਨਵਿਕ ਦੇ ਧਣੀਆਂ ਲੈ ਕੇ ਆਏ ਆ ਇੱਕ ਕਿੱਲਾ ਵਜਾਂਦ ਕਰ ਰਹੇ ਆ ਇਹ ਜਿਹੜਾ ਧਣੀਆਂ ਮਾਨਫਿਕ ਵਿਕਦਾ ਇਹਦੇ ਵਿੱਚ ਖਾਸ ਕੀ ਆਪਾਂ ਉਹ ਵੀ ਜਾਣਕਾਰੀ ਦੇ ਦਿੰਨੇ ਆ ਕਿਸਾਨ ਵੀਰੋ ਜਦੋਂ ਕਿਸਾਨ ਵੀਰੋ ਆਪਾਂ ਇਹਨੂੰ ਮਾਰਕੀਟ 'ਚ ਲਿਜਾਵਾਗੇ ਇਹਦੀ ਜਿਹੜੀ ਸੁਗੰਧ ਆ ਸੁਗੰਧੇ ਦੀ ਬਹੁਤ ਜ਼ਿਆਦਾ ਆਉਂਦੀ ਹੈ ਬਾਕੀ ਕਿਸਾਨ ਵੀਰੋ ਜਿਵੇਂ ਇਹਦੇ ਪੱਤੇ ਆਪਾਂ ਇੱਕ ਵਾਰੀ ਨੱਪ ਤੇ ਯਾਨੀ ਮਰੋੜ ਦੇ ਦਿੱਤੇ ਤਾਂ ਦੁਬਾਰਾ ਫੇਰ ਉਸੇ ਤਰ੍ਹਾਂ ਫੇਰ ਖੁੱਲ ਜਾਂਦੇ ਵੀ ਉਹ ਇਕੱਠੇ ਜੇ ਨਹੀਂ ਰਹਿੰਦੇਗੇ ਉਸੇ ਤਰ੍ਹਾਂ ਫੇਰ ਖੁੱਲ ਜਾਂਦੇ ਆ ਇਹ ਕੁਆਲਿਟੀ ਨੰਦੇ ਕਰਕੇ ਜਿਹੜਾ ਤੁਹਾਨੂੰ ਮਾਰਕੀਟ ਦੇ ਵਿੱਚ ਰੇਟ ਆ ਜਿਹੜਾ ਵੱਧ ਮਿਲੂਗਾ। ਬਾਕੀ ਕਿਸਾਨ ਵੀਰੋ ਜੇ ਖਾਦ ਦੀ ਗੱਲ ਕਰੀਏ ਤਾਂ ਤੁਸੀਂ 1 ਕਿੱਲੇ ਦੇ ਵਿੱਚ 1 ਗੱਟਾ ਡੀਪੀ ਦਾ ਪਾ ਸਕਦੇ ਹੋ। ਕਿਸਾਨ ਵੀਰੋ ਹੁਣ ਡੀਪੀ ਦੀ ਸੌਟੇਜ ਚੱਲ ਰਹੀ ਸੀ। ਆਪਾਂ ਤਾਂ ਇਹਦੇ ਚ ਪਾ ਰਹੇ ਹਾਂ ਸੁਫਰ ਦੇ 3 ਗੱਟੇ। ਤੇ ਸੁਫਰ ਦੇ ਨਾਲ-ਨਾਲ ਕਿਸਾਨ ਵੀਰੋ ਆਪਾਂ ਇੱਕ ਪਾ ਰਹੇ ਹਾਂ ਅਨੇਰਾ ਕੰਪਨੀ ਦਾ ਪ੍ਰੋਡਕਟ ਬੈਕੋ ਜੀ। ਇਹ ਕਿਸਾਨ ਵੀਰੋ 4 ਕਿਲੋ ਦਾ ਪੈਕਟ ਤੇ ਇੱਕ ਕਿੱਲੇ ਦੇ ਵਿੱਚ ਤੁਸੀਂ ਬਜਾਈ ਸਮੇਂ ਜ਼ਰੂਰ ਪਾਓ ਇਹਨੇ ਕੰਮ ਕੀ ਕਰਨਾ ਹੈ ਕਿਸਾਨ ਵੀਰੋ ਇਹਦੇ ਵਿੱਚ ਐਨ ਪੀ ਕੇ ਵਾਲੇ ਬੈਕਟੀਰੀਆ ਜਿਵੇਂ ਮੰਨ ਲਓ ਤੁਸੀਂ ਵਾਹਨ ਦੇ ਵਿੱਚ ਡੀਪੀ ਪਾਈ ਹੈ ਪोटाश ਪਾਈ ਹੈ ਯੂਰੀਆ ਪਾਈ ਹੈ ਉਹ ਵਾਹਨ ਦੇ ਵਿੱਚ ਫਿਕਸ ਫਾਰਮ ਚ ਪਈ ਰਹਿੰਦੀ ਹੈ ਬੂਟਾ ਚੱਕਦਾ ਨਹੀਂ ਇਹਨੂੰ ਤੁਸੀਂ ਬਜਾਈ ਸਮੇਂ ਨਾਲ ਛਿੱਟੇ 'ਚ ਪਾ ਦਿਓ ਇਹਦੇ ਨਾਲ ਜਿਹੜੀ ਹੈਗੇ ਆਪਣਾ ਧਨੀਆ ਉਗੂਗਾ ਵੀ ਵਧੀਆ ਤੇ ਇਹਨੂੰ ਖਰਾਕ ਨਾਲ ਦੇ ਨਾਲ ਤਿੰਨੇ ਤੱਤ ਮਿਲਣ ਲੱਗ ਜਾਣਗੇ ਤੇ ਇਹ ਹਰਊਗਾ ਵੀ ਹਰਾ ਭਰਾ ਰਹੂਗਾ ਤੇ ਨਾਲੇ ਵਾਹਣ ਜਿਹੜਾ ਆਪਣੇ ਵਾਹਣ ਦਾ ਵੀ ਸੁਧਾਰ ਹੋਊਗਾ ਜਦ ਵੀ ਡੂੰਗੀ ਜਾਊਗੀ ਤੇ ਜਿਹੜਾ ਆਪਣਾ ਧਨੀਆ ਇਹ ਫਟਾਰਾ ਵੀ ਵਧੀਆ ਕਰੂਗਾ ਬਾਕੀ ਆਪਾਂ ਪਾਲਕ ਦੇ ਵਿੱਚ ਵੀ ਇਹ ਪ੍ਰੋਡਕਟ ਪਾਇਆ ਸੀਗਾ ਵਧੀਆ ਆਪਾਂ ਨੂੰ ਰਿਜ਼ਲਟ ਮਿਲਿਆ ਅਨੇਰਾ ਕੰਪਨੀ ਐ ਸਟ੍ਰੀਕ ਟੈਕਨੋਲੋਜੀ ਲੈ ਕੇ ਆਈ ਐ ਯਾਨੀ ਜਿਹੜੇ ਇਹਦੇ ਬੈਕਟੀਰੀਆ ਐ ਐਨਪੀਕੇ ਵਾਲੇ ਵਧੀਆ ਰਿਜ਼ਲਟ ਦਿੰਦੇ ਐ ਵਧੀਆ ਕੰਮ ਕਰਦੇ ਐ ਬਾਕੀ ਕਿਸਾਨ ਵੀਰੋ ਆਪਾਂ ਨਾਲ ਦੀ ਨਾਲ ਹੋਰ ਵੀਡੀਓ ਵੀ ਅਪਲੋਡ ਕਰਦੇ ਰਾਵਾਂਗੇ ਜਦੋਂ ਮੰਨ ਲਓ ਇਹਦੀ ਜਰਮੀਨੇਸ਼ਨ ਹੋ ਗਈ ਫਿਰ ਵੀ ਆਪਾਂ ਵੀਡੀਓ ਅਪਲੋਡ ਕਰਦੇ ਰਾਵਾਂਗੇ ਤੇ ਜਿਹੜੇ ਆਪਾਂ ਧਨੀਆ ਐ ਕਿ ਪਹਿਲੇ ਸਾਲ ਹੀ ਜਿਹੜੀ ਧਨੀਏ ਦੀ ਖੇਤੀ ਕਰ ਰਹੇ ਆ ਅੱਗੇ ਕਿਤੇ ਨਹੀਂ ਕੀਤੀ ਗਈ ਤੇ ਜਿਹੜੀ ਪਹਿਲਾਂ ਵੀ ਦੱਸਿਆ ਸੀ ਵੀ ਪਾਲਕ ਦੀ ਵੀ ਆਪਾਂ ਪਹਿਲੇ ਇੱਕ ਸਾਲ ਕੀਤੀ ਸੀ ਤੇ ਪਾਲਕ ਦਾ ਵੀ ਆਪਾਂ ਨੂੰ ਮਾਲਕ ਦੀ ਕਿਰਪਾ ਨਾਲ ਵਧੀਆ ਰਿਜ਼ਲਟ ਮਿਲਿਆ ਬਾਕੀ ਕਿਸਾਨ ਵੀਰੋ ਮੇਰਾ ਵੀ ਚਲੋ ਤਜਰਬਾ ਬਹੁਤ ਆ ਮੈਨੂੰ ਵੀ 8-10 ਸਾਲ ਹੋ ਗਏ ਆ ਮੈਂ ਵੀ ਇਸੇ ਲਾਈਨ ਚੀਆਂ ਕੰਪਨੀਆਂ ਦੇ ਵਿੱਚ ਜੌਬ ਕਰਦਾ ਹਾਂ ਤੇ ਬਾਕੀ ਕਿਸਾਨ ਵੀਰੋ ਤੁਹਾਡਾ ਕੋਈ ਵੀ ਸਵਾਲ ਹੈ ਕਮੈਂਟ ਦੇ ਵਿੱਚ ਸਾਨੂੰ ਜਰੂਰ ਦੱਸਿਆ ਕਰੋ ਤਾਂ ਜੋ ਤੁਹਾਨੂੰ ਸਾਨੂੰ ਪਤਾ ਲੱਗੇ ਅਸੀਂ ਕੋਈ ਸਾਡੀ ਵੀਡੀਓ 'ਚ ਕਮੀ ਹੈ ਜਾਂ ਕੋਈ ਸਾਡੇ ਫਸਲ ਦੇ ਵਿੱਚ ਕੋਈ ਅਸੀਂ ਵੱਧ ਘੱਟ ਕੋਈ ਖਾਦ ਪਾ ਰਹੇ ਹਾਂ ਉਹ ਕਮੈਂਟ ਦੇ ਵਿੱਚ ਸਾਨੂੰ ਜਰੂਰ ਦੱਸਿਆ ਕਰੋ ਵੈਸੇ ਤਾਂ ਕਿਸਾਨ ਵੀਰੋ ਆਪਾਂ ਕੋਈ ਵੀ ਚੀਜ਼ ਪਾਉਣੇ ਆ ਸੀਡ ਪਾਉਣੇ ਆ ਸਾਰੀ ਰਾਇ ਲੈ ਕੇ ਹਰ ਇੱਕ ਡਾਕਟਰ ਤੋਂ ਹਰ ਇੱਕ ਮਹਿਕਮੇ ਤੋਂ ਫੇਰ ਹੀ ਆਪਾਂ ਉਹ ਚੀਜ਼ ਹੈ ਜਿਹੜੀ ਰეკਮੈਂਡ ਕਰਦੇ ਆ ਤੇ ਆਪਦੇ ਖੇਤ 'ਚ ਵੀ ਫੇਰ ਹੀ ਆਪਾਂ ਪਾਉਣੇ ਆ ਤੇ ਤੁਹਾਡੇ ਤੱਕ ਵੀ ਫੇਰ ਹੀ ਲੈ ਕੇ ਆਉਣੇ ਆ ਤਾਂ ਜੋ ਕਿਸੇ ਵੀ ਕਿਸਾਨ ਦਾ ਕੋਈ ਨੁਕਸਾਨ ਨਾ ਹੋ ਸਕੇ ਬਾਕੀ ਮੇਰੀ ਇਹ ਵੀ ਇੱਕ ਬੇਨਤੀ ਹੈ ਕਿ ਤੁਸੀਂ ਕੋਈ ਸਬਜ਼ੀਆਂ ਵਾਲੇ ਪਾਸੇ ਆ ਰਹੇ ਹੋ ਜਾਂ ਕਿਸੇ ਵੀ ਹੋਰ ਕੰਮ ਕਰ ਰਹੇ ਹੋ ਵੀ ਜਿਆਦਾ ਤੁਸੀਂ ਨਾ ਪੰਗਾ ਲਓ ਮੰਨ ਲਓ ਵੀ ਦੋ ਕਨਾਲਾਂ ਤੋਂ ਚਾਰ ਕਨਾਲਾਂ ਤੋਂ ਸ਼ੁਰੂ ਕਰੋ ਕਿਉਂ ਸਾਲ ਦੋ ਸਾਲਾਂ ਚ ਤੁਹਾਡਾ ਤਿਆਰਪਾ ਵਧੀਆ ਬਣ ਜਾਂਦਾ ਫਿਰ ਤੁਸੀਂ ਵਿਧਾ ਲਓ ਬਾਕੀ ਹਰ ਇੱਕ ਕਿਸਾਨ ਨੂੰ ਸਬਜ਼ੀਆਂ ਵਾਲੇ ਪਾਸੇ ਨਾਲ ਕੋਈ ਵੀ ਕੀਤਾ ਕੋਈ ਪਸ਼ੂਆਂ ਦਾ ਕੀਤਾ ਅਪਣਾਇਆ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਕਿਉਂ ਖਰਚੇ ਬਹੁਤ ਵਧ ਗਏ ਆ ਕਿਸਾਨਾਂ ਦੇ ਬਾਕੀ ਠੀਕ ਆ ਕਿਸਾਨ ਵੀਰੋ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ